ਫਾਜ਼ਿਲਕਾ ਪੁਲਿਸ ਨੇ 13 ਸਾਲਾ ਮਾਸੂਮ ਨੂੰ ਕਿਡਨੈਪ ਕਰ ਕਤਲ ਦੇ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਜਾਣਕਾਰੀ ਦੇ ਮੁਤਾਬਕ 17 ਅਕਤੂਬਰ ਨੂੰ ਦੋ ਵਿਅਕਤੀਆਂ ਦੇ ਵੱਲੋਂ 13 ਸਾਲਾ ਮਾਸੂਮ ਅਰਮਾਨ ਨੂੰ ਕਿਡਨੈਪ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕਿ ਅਰਮਾਨ ਦੇ ਘਰ ਵਾਲਿਆਂ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਪਰ ਕਿਡਨੈਪ ਕਰਨ ਦੇ ਦੂਜੇ ਦਿਨ ਬਾਅਦ ਹੀ ਇਹਨਾਂ ਵਿਅਕਤੀਆਂ ਦੇ ਵੱਲੋਂ ਕਿਡਨੈਪ ਕੀਤੇ ਅਰਮਾਨ ਦਾ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਛਾਣਬੀਣ ਕਰਦਿਆਂ ਇਹਨਾਂ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। 17 ਤਰੀਕ ਨੂੰ ਹੋਇਆ ਜੀ ਸਾਡਾ ਬੱਚਾ ਕਿਡਨੈਪ, ਸਵਾ ਮਹੀਨਾ ਹੋ ਗਿਆ ਅੱਜ ਕਿਡਨੈਪ ਹੋਏ ਨੂੰ। ਸਵੇਰੇ 7:30 ਵਜੇ ਦੇ ਕਰੀਬ DSP ਸਾਹਿਬ ਦਾ ਫੋਨ ਆਇਆ ਵੀ ਤੁਸੀਂ ਆਓ, ਆ ਕੇ ਸਾਨੂੰ ਮਿਲੋ, ਦੋ ਜਣੇ ਤੁਸੀਂ ਆ ਜਾਓ ਅਤੇ ਬਾਕੀ ਦੋ ਜਣੇ ਹੋਰ ਕੋਈ ਨਾਲ ਮੋਤਬਾਰ ਬੰਦੇ ਮੁਹੱਲੇ ਦੇ ਲਿਆਓ। ਅਸੀਂ 4-5 ਜਣੇ ਇਕੱਠੇ ਹੋ ਕੇ ਅਸੀਂ DSP ਸਾਹਿਬ ਦੇ ਦਫ਼ਤਰ ਗਏ। ਉੱਥੇ DSP ਸਾਹਿਬ ਵੀ ਸੀ, SP ਸਾਹਿਬ ਸੀਗੇ, CA ਸਟਾਫ ਇੰਚਾਰਜ ਅਤੇ ਮੁਲਾਜ਼ਮ ਜਿਵੇਂ ਹੈਗੇ ਸੀ ਉੱਥੇ, ਅਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਅਸੀਂ ਕਿਡਨੈਪਰ ਪਕੜ ਲਏ ਹੋਏ ਨੇ। ਇੱਕ ਸੁਨੀਲ ਕੁਮਾਰ ਹੈਗਾ, ਮਾਂ ਲਕਸ਼ਮੀ ਵਾਲਾ ਜਿਹੜਾ ਕਿਸ਼ਤਾਂ ਦੇ ਸਮਾਨ ਦਿੰਦੇ ਨੇ, ਅਤੇ ਇੱਕ ਪਵਨ ਹੈਗਾ ਸ਼ੀਸ਼ਿਆਂ ਦਾ ਕੰਮ ਕਰਦਾ। ਇਹਨਾਂ ਦੋਵਾਂ ਨੂੰ ਪਕੜਿਆ ਹੋਇਆ ਅਤੇ ਇਹਨਾਂ ਦੋਵਾਂ ਨੇ ਮੰਨਿਆ ਹੈ ਕਿ ਅਸੀਂ ਬੱਚੇ ਨੂੰ ਇਸ ਤਰ੍ਹਾਂ ਸਾਰਾ ਕਿਡਨੈਪ ਕੀਤਾ ਸੀਗਾ ਅਤੇ ਮੈਸੇਜ ਕੀਤਾ ਸੀਗਾ, ਸਾਰਾ ਕੁਛ ਕੀਤਾ, ਉਹ ਸਾਰਾ ਮੰਨਿਆ ਹੈ। ਅਤੇ ਇਹਨਾਂ ਨੇ ਕਿਹਾ ਵੀ ਸੀ ਤਾਂ ਰੋਡ 'ਤੇ ਕੋਈ ਮਕਾਨ ਹੈਗਾ, ਅਸੀਂ ਉੱਥੇ ਕੋਈ ਪੁਰਾਣਾ ਮਕਾਨ ਕੋਈ ਕਿਰਾਏ 'ਤੇ ਕੋਈ ਜਾਣਕਾਰ ਦਾ ਹੈਗਾ ਸੀਗਾ, ਕੋਈ ਅਸੀਂ ਉਹ ਕਿਰਾਏ 'ਤੇ ਲੈ ਕੇ ਉੱਥੇ ਰਿਹਾ ਸੀ, ਬੱਚੇ ਨੂੰ ਅਸੀਂ ਉੱਥੇ ਰੱਖਿਆ ਸੀਗਾ। 17 ਤਰੀਕ ਨੂੰ ਇੱਕ ਕਿਡਨੈਪਿੰਗ ਹੋਈ ਸੀ ਅਰਮਾਨ ਨਾਂ ਦੇ ਬੱਚੇ ਦੀ, ਜਿਹਦੀ ਏਜ 13 ਸਾਲ ਦੀ ਸੀ। ਅੱਜ ਅਸੀਂ ਉਸ ਕੇਸ ਦੇ ਵਿੱਚ ਜਿਹਦੇ ਵਿੱਚ ਅਸੀਂ FIR ਲੌਂਚ ਕੀਤੀ ਸੀ, ਦੋ ਮੁਲਜ਼ਮ ਨੂੰ ਅਸੀਂ ਫੜਿਆ, ਜਿਨ੍ਹਾਂ ਨੇ ਮੰਨਿਆ ਕਿ ਅਸੀਂ 17 ਤਰੀਕ ਨੂੰ ਇਹਨੂੰ ਕਿਡਨੈਪ ਕੀਤਾ ਸੀ ਅਤੇ 18 ਤਰੀਕ ਨੂੰ ਉਹਦੀਆਂ ਕੁਛ ਵੀਡੀਓ ਬਣਾ ਕੇ ਅਸੀਂ ਉਸਨੂੰ ਉਹਦਾ ਉਸਨੂੰ ਮਾਰ ਦਿੱਤਾ ਅਤੇ ਅਗਲੇ ਦਿਨ ਅਸੀਂ ਉਹਦੀ ਜਿਹੜੀ ਡੈੱਡ ਬੋਡੀ ਆ ਉੱਥੇ ਅਬੋਹਰ ਦੇ ਵਿੱਚ ਹੀ ਇੱਥੇ ਦੱਬ ਦਿੱਤੀ ਸੀ। ਅਤੇ ਉਸ ਤੋਂ ਇਲਾਵਾ ਅਸੀਂ ਟੈਕਨੀਕਲ ਸਪੋਰਟ ਲੈ ਕੇ ਇਹਨਾਂ ਮੁੰਡਿਆਂ ਨੂੰ ਅੱਜ ਦੋਨਾਂ ਨੂੰ ਜਿਹੜੇ ਜਿਨ੍ਹਾਂ ਦੀ ਏਜ 25-26 ਸਾਲ ਦੀ, ਇੱਕ ਦਾ ਨਾਂ ਸੁਨੀਲ ਕੁਮਾਰ ਹੈ, ਇੱਕ ਦਾ ਨਾਂ ਪਵਨ ਕੁਮਾਰ ਹੈ, ਹਨੂੰਮਾਨਗੜ੍ਹ ਰੋਡ ਚੌਂਕ ਤੋਂ ਇਹਨਾਂ ਨੂੰ ਫੜਿਆ ਅਤੇ ਇਹਨਾਂ ਨੇ ਸਾਰਾ ਮੰਨਿਆ ਅਤੇ ਇਹਨਾਂ ਤੋਂ ਮੋਬਾਈਲ ਵੀ ਮਿਲ ਗਿਆ ਅਤੇ ਇਹਨਾਂ ਨੇ ਮੰਨਿਆ ਵੀ ਅਸੀਂ ਹੀ ਮਾਰਿਆ ਉਹਨੂੰ ਅਤੇ ਅਸੀਂ ਕਿਡਨੈਪਿੰਗ ਕੀਤੀ ਸੀ। ਦੱਸ ਦਈਏ ਕਿ ਅਰਮਾਨ ਦੇ ਪਿਤਾ ਫਾਈਨਾਂਸ ਦਾ ਕੰਮ ਕਰਦੇ ਸਨ ਅਤੇ ਉਕਤ ਵਿਅਕਤੀਆਂ ਦੇ ਵੱਲੋਂ ਉਸ ਕੋਲੋਂ ਪੈਸੇ ਲਏ ਗਏ ਸਨ ਅਤੇ ਇਸੇ ਦੇ ਲਈ ਉਹਨਾਂ ਅਰਮਾਨ ਨੂੰ ਕਿਡਨੈਪ ਕਰ ਪੈਸਿਆਂ ਦੀ ਮੰਗ ਕੀਤੀ ਸੀ। ਫਾਜ਼ਿਲਕਾ ਤੋਂ ਰਣਜੀਤ ਸਿੰਘ, ਦੈਨਿਕ ਸਵੇਰਾ TV।